ਕਿਸੇ ਨੇ ਟੂਣਾ ਤਾਂ ਨਹੀਂ ਕਰਤਾ? ਨਹੀਂ ਪਿਆਰਿਓ, ਆਪਾਂ ਹੀ ਟੂਣਾ ਆ। No one can do black magic on you. You are that black magic. ਯਾਦ ਰੱਖੋ, ਜਦੋਂ ਆਪਾਂ ਇਹ ਸੋਚ ਲੈਂਦੇ ਹਾਂ ਹਨਾ ਕਿਸੇ ਨੇ ਟੂਣਾ ਕਰਤਾ, ਤਾਂ ਮਾਈਂਡ ਗੇਮਾਂ ਸ਼ੁਰੂ ਹੋ ਜਾਂਦੀਆਂ ਆ। The day you think someone's done black magic on you, that's when you have done black magic to yourself. Because mentally, you start thinking that you can't achieve this and you can't do this. ਜਦੋਂ ਆਪਾਂ ਇਹ ਗੱਲ ਸੋਚ ਲੈਂਦੇ ਹਾਂ ਨਾ ਕਿ ਮੈਂ ਬਿਜ਼ਨਸ ਸ਼ੁਰੂ ਕਰਨ ਲੱਗਾ, ਸਿਰੇ ਨਹੀਂ ਚੜ ਰਹੀ, ਮੇਰਾ ਰਿਸ਼ਤਾ ਸਿਰੇ ਨਹੀਂ ਚੜ੍ਹਦਾ, ਮੇਰਾ ਆਹ ਕੰਮ ਸਿਰੇ ਨਹੀਂ ਚੜ੍ਹਦਾ, ਤਾਂ ਆਪਾਂ ਆਟੋਮੈਟਿਕਲੀ ਇਹ ਸੋਚਣ ਲੱਗ ਜਾਂਦੇ ਹਾਂ ਕਿਸੇ ਦੀ ਨਜ਼ਰ ਲੱਗ ਗਈ, ਕਿਸੇ ਨੇ ਕੁਛ ਕਰਤਾ, ਕਿਸੇ ਨੇ ਜਾਦੂ ਕਰਤਾ, ਕਿਸੇ ਨੇ ਟੂਣਾ ਕਰਤਾ। ਪਰ ਯਾਦ ਰੱਖੋ ਪਿਆਰਿਓ, ਜਦੋਂ ਆਪਾਂ ਆਪਣੇ ਆਪ ਦੇ ਸੈਲਫ ਕੌਨਫੀਡੈਂਸ ਨੂੰ ਨੀਵਾਂ ਕਰਦੇ ਹਾਂ, ਮੈਂਟਲੀ ਆਪਾਂ ਆਪਣੇ ਆਪ 'ਤੇ ਟੂਣਾ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਲੱਗਦਾ ਕਿ ਮੈਂ  100% ਇਹ ਕੰਮ ਨਹੀਂ ਕਰ ਸਕਦਾ। ਜਿਹੜਾ ਬੰਦਾ 50% ਦਿਮਾਗ ਵਿੱਚ ਸੋਚ ਕੇ ਕੰਮ ਕਰੇਗਾ ਤਾਂ ਉਹਦਾ ਕੰਮ ਸਿਰੇ ਨਹੀਂ ਚੜ੍ਹੇਗਾ। ਪਰ ਜਿਹੜਾ ਬੰਦਾ ਇਹ ਸੋਚੇਗਾ ਕਿ ਮੈਂ ਕਰ ਸਕਦਾ, ਮੈਂ ਕਰੂੰਗਾ, ਮੈਂ ਅੱਗੇ ਵਧੂੰਗਾ, ਮੈਂ ਪ੍ਰੋਗਰੈਸ ਕਰੂੰਗਾ, ਬਿਜ਼ਨਸ ਸ਼ੁਰੂ ਕਰਨੀ ਆ ਤਾਂ ਮੈਂ ਕਰੂੰਗਾ, ਜਿਹੜਾ ਬੰਦਾ 100% ਲਾ ਕੇ ਕੰਮ ਕਰੇ, ਜਿਹਨੂੰ ਆਪਾਂ ਕਹਿੰਦੇ ਹਾਂ ਦਿਲ ਲਾ ਕੇ ਕੰਮ ਕਰੇ ਪੂਰਾ, ਤਾਂ ਉਹਦਾ ਕੰਮ ਸਿਰੇ ਹੀ ਚੜ੍ਹੇਗਾ। ਪਰ ਜਿਹੜਾ ਡਾਵਾਡੋਲ ਆ, ਜਿਹੜਾ ਬੰਦਾ ਡੋਲਦਾ ਆ, ਜਿਹੜਾ ਬੰਦਾ 100% ਨਹੀਂ ਕਰ ਰਿਹਾ, ਤਾਂ ਉਹਨੇ ਸਾਰੀ ਜ਼ਿੰਦਗੀ ਇਹੀ ਸੋਚੀ ਜਾਣਾ ਕਿਸੇ ਨੇ ਕੁਛ ਕਰਤਾ, ਕਿਸੇ ਦੀ ਨਜ਼ਰ ਲੱਗ ਗਈ, ਕਿਸੇ ਨੇ ਟੂਣਾ ਕਰਤਾ, ਕਿਉਂਕਿ ਉਹ 100% ਨਹੀਂ ਹੈ ਅੰਦਰੋਂ। ਦ ਪਰਸਨ ਦਾ ਇਜ਼ 100% ਫਰੋਮ ਵਿਦਇਨ ਐਂਡ ਵਟ ਐਵਰ ਹੀ ਓ ਸ਼ੀ ਡਜ਼, it will always be success, always be fulfilled. But if someone says to that person that someone's done something to you, there's black magic, someone's cursed you, you will not be able to achieve this or do this in life because it's not written in your life, then guess what happens? They lose hope. They lose belief in themselves that they can achieve this and reach that goal that they have set. And instead of being 100%, now they may be 50%. Now they may be 20% believing in themselves. So really, no one does black magic. Koi toona nahi tere te karda. Tu apne aap te toona kar reha. Jadon tu eh gal soch lenda ki mere to eh kam nahi hona. Gurbani samjh ke vekho pyareyo. Gurbani vich paasha eh samjhaunde aa. Ram naam jo jan japai, an din sad jagai. Tant mant na jo hai hi. ਤਿਤ ਚਾਖ ਨਾ ਲੱਗੇ। ਇਨ ਗੁਰਬਾਣੀ ਗੁਰੂ ਸਾਹਿਬ ਟੀਚਸ ਅਸ ਦੈਟ ਤੰਤਰਕ, ਦੀਜ਼ ਮੰਤਰਸ, ਦਿਸ ਬਲੈਕ ਮੈਜਿਕ, ਦੀਜ਼ ਵੈਨ ਵੀ ਸੇ ਟੂ ਪੀਪਲ ਦੈਟ ਸਮਵਨਸ ਲੁਕਡ ਐਟ ਮੀ ਇਨ ਅ ਰੋਂਗ ਵੇ, ਨਜ਼ਰ ਲੱਗ ਗਈ, ਕਿ ਇਹ ਲਾਗੂ ਨਹੀਂ ਹੁੰਦੀਆਂ ਉਹਨਾਂ 'ਤੇ, ਇਹ ਨਜ਼ਰਾਂ ਨਹੀਂ ਲੱਗਦੀਆਂ, ਇਹ ਤੰਤਰ ਮੰਤਰ ਜੰਤਰ ਨਹੀਂ ਚੱਲਦੇ ਜਿਹੜੇ ਰਾਮ ਨਾਮ ਜਪਦੇ ਆ, ਭਾਵ ਰਾਮ ਰਮਿਆ ਹੋਇਆ। ਦੋਜ਼ ਪੀਪਲ ਦੈਟ ਅੰਡਰਸਟੈਂਡ ਦ ਯੂਨੀਵਰਸਲ ਪ੍ਰੋਸੈਸ, ਦੋਜ਼ ਪੀਪਲ ਦੈਟ ਅੰਡਰਸਟੈਂਡ ਦੈਟ ਆਈ ਵਾਂਟ ਟੂ ਸਟਾਰਟ ਅ ਬਿਜ਼ਨਸ, ਵਟ ਕਾਈਂਡ ਆਫ ਪ੍ਰੋਸੈਸ ਇਜ਼ ਦੈਰ, ਆਈ ਨੀਡ ਟੂ ਫੋਲੋ ਦੈਟ ਪ੍ਰੋਸੈਸ 100%, ਐਂਡ ਦੈਨ ਗੈਸ ਵਾਟ, ਨੋ ਨਜ਼ਰਾਂ, ਨੋ ਬਲੈਕ ਮੈਜਿਕਸ, ਨਥਿੰਗ ਲਾਈਕ ਦੈਟ, tantric, all these types of mantras can affect me if I am doing everything the right way. Jehda banda 100% jime ram sachcha aya, ਜਿਹੜਾ ਰਮਿਆ ਹੋਇਆ, ਉਹਦਾ ਇੱਕ ਸਿਸਟਮ ਆ। ਜੇ ਹੁਣ ਕੰਮ ਸ਼ੁਰੂ ਕਰਨਾ, ਬਿਜ਼ਨਸ ਸ਼ੁਰੂ ਕਰਨੀ ਆ, ਉਹਦਾ ਵੀ ਇੱਕ ਪ੍ਰੋਸੈਸ ਸਿਸਟਮ ਆ, ਤਾਂ ਜੇ ਮੈਂ ਸਿਸਟਮ ਨੂੰ ਸੱਚ ਕਰਕੇ ਮੰਨੂੰਗਾ, ਮਿਹਨਤ ਕਰੂੰਗਾ, ਜਿੱਦਾਂ ਜਿੱਦਾਂ ਪ੍ਰੋਸੈਸ ਆ, ਪੁੱਠਾ ਕੰਮ ਨਹੀਂ ਕਰਨਾ, ਜਿਵੇਂ ਸਿੱਧਾ ਕਿਹਾ ਆ ਉੱਦਾਂ ਹੀ ਕੰਮ ਕਰੂੰਗਾ, ਕਿਉਂਕਿ ਜੇ ਪੁੱਠਾ ਕਰੂੰ ਤਾਂ ਪੁੱਠੀ ਪਏਗੀ, ਜੇ ਸਿੱਧਾ ਪ੍ਰੋਸੈਸ ਜਿੱਦਾਂ ਹੈ ਉੱਦਾਂ ਮੈਂ ਕਰੂੰਗਾ, ਤਾਂ ਫਿਰ ਕੀ ਹੋਏਗਾ, ਕੰਮ ਸਿਰੇ ਚੜ੍ਹੇਗਾ, ਤਾਂ ਕੋਈ ਨਜ਼ਰਾਂ, ਕੋਈ ਤੰਤਰ, ਕੋਈ ਮੰਤਰ, ਕੋਈ ਟੂਣਾ ਮੇਰੇ 'ਤੇ ਅਸਰ ਨਹੀਂ ਕਰ ਸਕਦਾ, ਕਿਉਂਕਿ ਮੈਂ ਉਹ ਜਿਹੜਾ ਸਿਸਟਮ ਆ 100% ਫੋਲੋ ਕਰ ਰਿਹਾ। ਬਿਕੋਜ਼ ਆਮ ਫੋਲੋਇੰਗ ਦੈਟ ਪ੍ਰੋਸੈਸ 110%, ਦੈਨ ਗੈਸ ਵਾਟ ਗਾਈਜ਼, ਨੋ ਨਨ ਆਫ ਦਿਸ ਬਲੈਕ ਮੈਜਿਕ ਵੂਡੂ ਕੈਨ ਅਫੈਕਟ ਮੀ। ਇਸ ਕਰਕੇ ਪਿਆਰਿਓ ਯਾਦ ਰੱਖੋ, ਜੇ ਜੰਤਰ ਮੰਤਰ ਤੰਤਰ ਟੂਣੇ ਕਰਕੇ ਤਾਂ ਕਿਸੇ ਨੂੰ ਵੱਸ ਕਰ ਸਕਦੇ ਸੀ, ਕਿਸੇ ਦਾ ਕੰਮ ਨੁਕਸਾਨ ਕਰ ਸਕਦੇ ਸੀ, ਤਾਂ ਫਿਰ ਕਿਉਂ ਲੜਾਈਆਂ ਹੋ ਰਹੀਆਂ, ਕਿਉਂ ਜੰਗ ਯੁੱਧ ਹੋ ਰਹੇ ਆ, ਕਿਉਂ ਵਰਲਡ ਵੋਰਸ ਹੋ ਰਹੀਆਂ ਆ? ਤਾਂ ਕਿਸੇ ਕੋਲ ਜਾ ਕੇ, ਕੋਈ ਪੀਰ ਹੋਵੇ, ਕੋਈ ਬਾਬਾ ਹੋਵੇ, ਕੋਈ ਪਾਂਡਾ ਹੋਵੇ, ਉਹਦੇ ਕੋਲ ਜਾ ਕੇ ਬਸ ਤੰਤਰ ਮੰਤਰ ਕਰਾ ਲਓ, ਤਾਂ ਆਪੇ ਨਾ ਤੁਹਾਨੂੰ ਕੁਛ ਹੋਰ ਕਰਨਾ ਪਵੇ? ਇਫ ਦਿਸ ਵਾਜ਼
all black magic and these types of things worked, then why did all these battles take place? Why do people with higher public figures get away by being rich? Why don't people go and do voodoo onto these pop stars or celebrities out there? Because why is all in your head? Man jeete jag jeet. Manu jit lenga ta sab kuch jit lenga. Je man de vich gal beh gayi hai na ke kise ne jadoo toona kita ta fir yaad rakhi koi oh kadd nahi sakda tere to bina. Only you can take that thought out of your own head. You need to conquer your mind by thinking you can do this. But if you've got that thought inside you that someone has done something to me, black magic has been done on me, then guess what, guys? You will never be able to fulfill that task that you have set yourself. Is karke pyareo, koi saade te jadoo toona nahi karda, koi jantar mantar koi nahi kar sakda. ਤੂੰ ਆਪਣੇ ਆਪ ਤੇ ਕਰ ਰਿਹਾ ਆ. ਨੋ ਵਨ ਡਸ ਬਲੈਕ ਮੈਜਿਕ ਔਨ ਯੂ, ਯੂ ਆਰ ਡੂਇੰਗ ਬਲੈਕ ਮੈਜਿਕ ਔਨ ਯੋਰਸੈਲਫ. ਥੈਂਕ ਯੂ ਫਾਰ ਲਿਸਨਿੰਗ ਟੂ ਟੁਡੇਜ਼ ਕਲਿੱਪ. ਪਲੀਜ਼ ਰਾਈਟ ਇਨ ਦਾ ਕਮੈਂਟਸ ਬਿਲੋ ਯੋਰ ਥੋਟਸ ਐਂਡ ਵਟ ਯੂ ਥਿੰਕ ਅਬਾਊਟ ਟੁਡੇਜ਼ ਕਲਿੱਪ, ਬਿਕੋਜ਼ ਆਈ ਨੋ, ਮੈਨੂੰ ਪਤਾ ਆਪਣੀਆਂ ਕਮੈਂਟਾਂ ਵਿੱਚ ਜ਼ਰੂਰ ਕੁਛ ਨਾ ਕੁਛ ਲਿਖ ਕੇ ਮੈਸੇਜ ਕਰਿਓ, ਕਿਉਂਕਿ ਮੈਨੂੰ ਪਤਾ ਇਹ ਆਪਣੀ ਕਮਿਊਨਿਟੀ ਵਿੱਚ ਬਹੁਤ ਆ, ਖਾਸ ਕਰਕੇ ਇੰਡੀਆ ਦੇ ਵਿੱਚ ਵੀ ਬਹੁਤ ਇੱਦਾਂ ਦੇ ਨੇ ਜਿਹੜੇ ਤੰਤਰ ਮੰਤਰਾਂ ਦੇ ਵਿੱਚ ਫਸੇ ਹੋਏ ਆ. ਪਰ ਇਹਨਾਂ ਦੇਸ਼ਾਂ ਵਿੱਚ ਜਦੋਂ ਵੇਖਦੇ ਹਾਂ, ਜਿਵੇਂ UK ਹੋ ਗਿਆ, ਅਮਰੀਕਾ ਹੋ ਗਿਆ, ਇੰਨੀ ਤਰੱਕੀ ਕਰ ਗਏ ਨੇ ਸਰਕਾਰਾਂ ਵੀ, ਬੰਦੇ ਵੀ, ਪਰ ਇੱਥੇ ਤਾਂ ਕੋਈ ਟੂਣੇ ਟਾਣੇ, ਜਾਦੂ ਟੂਣਾ, ਵੂਡੂ, ਬਲੈਕ ਮੈਜਿਕ ਹੈ ਨਾ ਨਜ਼ਰਾਂ 'ਚ ਤਾਂ ਮੰਨਦਾ ਹੀ ਨਹੀਂ ਹੈਗਾ. ਜੇ ਇੱਦਾਂ ਹੋਵੇ ਤਾਂ ਇਹ ਕੰਟਰੀਆਂ 'ਚ ਇੰਨਾ ਕਿਉਂ ਲੋਕ ਖੁਸ਼ ਰਹਿ ਰਹੇ ਆ? ਇਨ ਦ ਸੈਂਸ ਆਫ ਕਾਰੋਬਾਰ, ਤਰੱਕੀਆਂ, ਸਫਾਈ, ਹੈ ਨਾ ਜੀ, ਸਮਾਜ ਦਾ ਕਿਵੇਂ ਵੇਖਿਆ ਜਾਂਦਾ. ਤਾਂ ਕਰਕੇ ਮੈਂ ਇਹ ਗੱਲ ਕਹਿੰਦਾ, ਟੂਣੇ ਸਾਡੇ ਅੰਦਰ ਹੀ ਨੇ, ਕੋਈ ਬਾਹਰੋਂ ਨਹੀਂ ਕਰਦਾ ਹੈਗਾ. ਆਪਣੇ ਆਪ ਵਿੱਚ ਕੌਨਫੀਡੈਂਸ ਲੈ ਕੇ ਆਓ, ਆਪਣੇ ਆਪ ਵਿੱਚ ਐਬਿਲਿਟੀ ਲੈ ਕੇ ਆਓ ਕਿ ਮੈਂ ਕਰ ਸਕਦਾ ਤਾਂ ਮੈਂ ਕਰਾਂਗਾ. ਕੋਈ ਬਾਹਰੋਂ ਟੂਣੇ ਨਹੀਂ ਕਰਦਾ, ਸਾਰਾ ਕੁਛ ਅੰਦਰੋਂ ਹੀ ਆ. ਮਨ ਨੂੰ ਜਿੱਤ ਲੈ ਤਾਂ ਸਭ ਕੁਛ ਤੂੰ ਕਰ ਸਕਦਾ. ਇਹ ਥੋਟ ਨੂੰ ਜਿੱਤ ਲੈ ਕਿ ਕੁਛ ਨਹੀਂ ਕਿਸੇ ਨੇ ਮੇਰੇ 'ਤੇ ਕੀਤਾ, ਨਾ ਕਿਸੇ ਨੇ ਕੁਛ ਖਿਲਾਇਆ, ਨਾ ਕੋਈ ਵੂਡੂ ਕਰ ਰਿਹਾ, ਨਾ ਕੋਈ ਬਲੈਕ ਮੈਜਿਕ ਕਰ ਰਿਹਾ, ਨਾ ਕੋਈ ਨਜ਼ਰਾਂ ਆ. ਮੈਂ ਕਰ ਸਕਦਾ ਤਾਂ ਕਰਾਂਗਾ. ਇਹ ਥੋਟ ਅੰਦਰੋਂ ਕੱਢ ਲਓ ਪਿਆਰਿਓ. Thank you for listening to today's clip. If you found this useful, then please do share with your loved ones. Je aj da clip vadhiya laga, pyar aaliyan ch zarur share kareyo. Bhullyo na, every Tuesdays, Thursdays and Saturdays, 12 baje, 12 p.m. midday UK time, a new clip is released. Please listen and also try and understand what I'm trying to say. And please try and implement. And please try and stay positive and a clear mind that you can set yourself goals and achieve them if you want to. No one can stop you from achieving those goals. No one can take you away from achieving those tasks. Only yourself. Thank you once again. Aap ji da bahut dhanwad. Toona nahi koi karda, tu aap toona kar rahe aa. No one does black magic apart from your own self. Thank you once again. Aap ji da bahut bahut dhanwad.